ਨਮਸਕਾਰ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਿੰਕ ਐਜੂਕੇਸ਼ਨ ਵਿੱਚ ਤੇ ਅੱਜ ਆਪਾਂ ਡਿਸਕਸ ਕਰਾਂਗੇ ਈਟੀਟੀ ਵਰਸਸ ਬੀਐਡ ਜੋ ਵਿਵਾਦ ਚੱਲ ਰਿਹਾ ਹੈ ਈਟੀਟੀ ਦੇ ਹੱਕ ਵਿੱਚ ਫੈਸਲਾ ਆਇਆ ਸੀ ਰਾਜਸਥਾਨ ਹਾਈ ਕੋਰਟ ਦੇ ਵਿੱਚ ਜਿਸ ਨੂੰ ਬੀਐਡ ਨੇ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਉਸ ਦੇ ਰਿਕਾਰਡਿੰਗ ਅੱਜ ਸੁਪਰੀਮ ਕੋਰਟ ਵਿੱਚ ਹੀਅਰਿੰਗ ਹੋਣੀ ਹੈ 4 ਫਰਵਰੀ ਨੂੰ ਤੇ ਕਿਹਾ ਜਾ ਰਿਹਾ ਹੈ ਕਿ ਸਾਡੇ 11 ਵਜੇ ਤੋਂ ਇਹ ਸਟਾਰਟ ਹੋ ਜਾਵੇਗੀ ਅਤੇ ਇਸ ਦੇ ਰਿਕਾਰਡਿੰਗ ਹੀ ਜੋ ਬੀਐਸਟੀਸੀ ਮੀਨਸ ਕੀ ਈਟੀਟੀ ਯੂਨੀਅਨ ਹੈ ਰਾਜਸਥਾਨ ਦੀ ਉਸਨੇ ਆਪਣੇ ਵਕੀਲਾਂ ਬਾਰੇ ਦੱਸਿਆ ਕਿ ਅਸੀਂ ਨੇ ਇਹ ਐਡਵੋਕੇਟ ਕੀਤੇ ਹਨ ਤੇ ਜਸਟਿਸ ਬਨੀਤ ਸਾਰਨ ਤੇ ਜਸਟਿਸ ਅਨੁਰੂਧ ਬੋਸ ਇਹ ਦੋ ਐਡਵੋਕੇਟ ਨੇ ਇਹਨਾਂ ਦੀ ਬੈਂਚ ਤੇ ਇਹ ਸੁਣਵਾਈ ਹੋਵੇਗੀ ਬੀਐਡ ਵਰਸਸ ਬੀਐਸਟੀ ਵਿਵਾਦ ਜਾਂ ਕਹਿ ਸਕਦੇ ਹਾਂ ਕਿ ਬੀਐਡ ਵਰਸਸ ਈਡੀਟੀ ਵਿਵਾਦ ਤੇ ਈਟੀਟੀ ਦੇ ਹੱਕ ਵਿੱਚ ਫੈਸਲਾ ਆਇਆ ਸੀ ਹਾਈ ਕੋਰਟ ਤੋਂ ਉਸ ਤੋਂ ਬਾਅਦ ਬੀਐਡ ਨੇ ਚੈਲੰਜ ਕੀਤਾ ਉਸ ਨੂੰ સુપ્રીમ કોર્ટ ਵਿੱਚ ਜਿਸ ਨੇ ਬੀ ਐਮ ਬੀ ਐਸ ટી ਸੀ ਨੇ मींस ਕੀ ਈ ਟ ਟੀ ਨੇ ਰਾਜਸਥਾਨੀ ਟਿਊਟੀ ਕੈਡਰ ਨੇ Rajasthan ETT Junior ਨੇ ਬਹੁਤ ਵੱਡੇ ਵੱਡੇ ਵਕੀਲ ਜੋ ਉਤਾਰੇ ਹਨ ਆਪਣੇ ਪੈਨਲ ਵਿੱਚ ਤੇ ਆਪਾਂ ਕਹਿ ਸਕਦੇ ਹਾਂ ਕਿ ਕਪਿਲ ਸਿਵਲ ਜੇ ਤੁਸੀਂ ਕਪਿਲ ਸਿਵਲ ਬਾਰੇ ਕੋਈ ਵੀ ਇਨਫੋਰਮੇਸ਼ਨ ਗੈਦਰਿੰਗ ਕਰੋਗੇ ਸੋਸ਼ਲ ਮੀਡੀਆ ਸਾਈਟ ਵਾਇਸ ਸੋਸ਼ਲ ਮੀਡੀਆ ਸਾਈਟ ਔਰ ਗੂਗਲ ਜੋ ਵੀ ਜੋ ਵੀ ਕੋਈ ਵੀ ਸਰਚ ਇੰਜਨ ਹੈ ਚਾਹੇ Google ਹੈ Bing ਹੈ ਤੁਸੀਂ ਉਸ ਤੇ ਚੈੱਕ ਕਰ ਸਕਦੇ ਹੋ ਕਿ Kapil Sibal ਦਾ ਜੋ winning record ਹੈ ਕੇ ਇਸ ਨੂੰ ਜਿੱਤਣ ਦਾ ਰਿਕਾਰਡ ਹੈ ਉਹ ਕਿੰਨਾ ਹਾਇਰ ਹੈ ਮੈਂ ਦੋ ਦੋ 2 घंटे ਨਾਲ ਤੇ ਸਰਚ ਕੀਤੀ ਹੈ ਜਿਸ ਵਿੱਚ ਮੈਨੂੰ ਇੱਕ ਸਿੰਗਲ ਕੇਸ ਨਹੀਂ ਮਿਲਿਆ ਜੋ ਇਹਨਾਂ ਨੇ ਹਾਰੇ ਹੋਗਾ ਹੋ ਸਕਦਾ ਇਹਨਾਂ ਨੇ ਕੇਸ ਸਾਰੇ ਹੋਣ ਬਟ ਮੈਨੂੰ ਨਹੀਂ ਮਿਲਿਆ 2-2 ਘੰਟੇ ਦੀ ਸਰਚ ਕਰਨ ਤੋਂ ਬਾਅਦ Google 'ਤੇ ਕੀਤੀ ਮੈਂ Twitter 'ਤੇ ਕੀਤੀਆਂ ਬਹੁਤ ਸਾਰੇ ਜੋ ਵੀ ਕੀਵਰਡਸ ਪਰ ਕੇ ਆਪਾਂ Twitter 'ਤੇ ਚੈੱਕ ਕਰ ਸਕਦੇ ਹਾਂ ਤੇ ਜਿੰਨੇ ਵੀ ਜਿੰਨੇ ਵੀ ਆਪਾਂ ਨੇ ਐਲਗੋਰਿਦਮ ਲਾ ਕੇ ਮੈਂ ਚੈੱਕ ਕਰ ਸਕਿਆ Google 'ਤੇ ਯੂਟਿਊਬ ਤੇ ਟਵਿੱਟਰ ਤੇ ਫੇਸਬੁੱਕ ਤੇ ਕੋਈ ਵੀ ਕੇਸ ਹੈ ਮਦਾ ਨਹੀਂ ਮਿਲਿਆ ਜਿੱਥੇ ਇਹਨਾਂ ਨੇ ਜੋ ਡਿਫੀਟ ਖਾਈ ਹੋਵੇ ਤਾਂ ਮੀਨਸ ਕੀ ਕੋਈ ਵੀ ਵਿਨਿੰਗ ਰਿਕਾਰਡ ਇਹਨਾਂ ਦਾ ਮੀਨਸ ਕੀ 99% ਹੈ ਮਨਾਕਸ਼ੀ ਰੋੜਾ ਇਹਨਾਂ ਬਾਰੇ ਤਾਂ ਸਭ ਜਾਣਦੀ ਹੋਣਗੇ ਸਭ ਤੋਂ ਸੀਨੀਅਰ ਐਡਵੋਕੇਟ ਨੇ ਮੀਨਸ ਕੀ ਅੱਜ ਦੇ ਅੱਜ ਦੇ ਟਾਈਮ ਵਿੱਚ ਜੇ ਤੁਸੀਂ ਪੰਜ ਪੰਜ ਨਾਮ ਵੀ ਲਓਗੇ ਸੀਨੀਅਰ ਐਡਵੋਕੇਟ ਦੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਦੇ ਤਾਂ ਮਨਾਕਸ਼ੀ ਰੋੜਾ ਦਾ ਉਹਨਾਂ ਵਿੱਚ ਨਾਮ ਹੋਣਾ ਸੁਭਾਵਿਕ ਹੈ ठीक है बीगान शाह ये अपने राजस्थान हाई कोर्ट दे एडवोकेट ने बहुत सीनियर एडवोकेट ने मींस की टॉप दे एडवोकेट ने बीगान शाह राजस्थान हाई कोर्ट दे उस तो बाद एआर एडवोकेट ऑन रिकॉर्ड अमित शाह एडवोकेट ऑन रिकॉर्ड ने पनीज जी, पनी जी ते एडवोकेट ऑन ऑन रिकॉर्ड दा मतलब ये हुंदा है कि ਜੋ ਪਟੀਸ਼ਨ ਦਾਇਰ ਕਰਨੀ ਹੁੰਦੀ ਹੈ ਕੋਈ ਵੀ ਲੋਕਲ ਵਕੀਲ ਪਟੀਸ਼ਨ ਨਹੀਂ ਦਾਇਰ ਕਰ ਸਕਦਾ ਕੋਈ ਵੀ ਲੋਕਲ ਵਕੀਲ ਵਕਾਲਤਨਾਮਾ ਨਹੀਂ ਲੈ ਸਕਦਾ ਐਡਵੋਕੇਟ ਓਨ ਰਿਕਾਰਡ ਹੋਣਾ ਜ਼ਰੂਰੀ ਹੈ ਸੁਪਰੀਮ ਸੁਪਰੀਮ ਕੋਰਟ ਵਿੱਚ ਤਾਂ ਉਸ ਲਈ ਅਮਿਤ ਅਗਰਵਾਲ ਤੇ ਪਨੀਤ ਜੈਨ ਇਹ ਦੋਨੋਂ ਨੇ ਠੀਕ ਹੈ ਰਾਜਸਥਾਨ ਦੇ ਵਿਗਿਆਨ ਸ਼ਾਹ ਨੇ ਇਹ ਬਰੀਕੀ ਨਾਲ ਜਾਣਦੇ ਨੇ ਮਸਲੇ ਨੂੰ ਕਿ ਬੀਐਸਟੀਸੀ ਵਰਸਸ ਬੀਐਡ ਵਿਵਾਦ ਹੈ ਕਿਆ ਠੀਕ ਹੈ ਤੇ ਇਹ ਮੀਨਸ ਕਿ ਇੱਕ ਸਲਾਹਕਾਰ ਦੇ ਤੌਰ ਤੇ ਇੱਕ ਸੀਨੀਅਰ ਵਕੀਲ ਹਨ ਵਿਗਿਆਨਸ਼ਾ ਤੇ ਬਰੀਕੀ ਨਾਲ ਜਾਣਦੇ ਹਨ ਤੇ ਇੱਕ ਵਕੀਲ ਦੂਜੇ ਵਕੀਲ ਨੂੰ ਇੱਕ ਚੰਗੀ ਤਰ੍ਹਾਂ ਸਮਝਾ ਸਕਦਾ ਹੈ ਰੈਦਰ than ਕੀ ਕੋਈ ਜੋ ਇਹਨਾਂ ਦਾ ਕਲਾਇੰਟ ਸਮਝਾਵੇਗਾ ਠੀਕ ਹੈ ਤੇ ਕਲਾਇੰਟ ਵੀ ਬਹੁਤ ਜ਼ਿਆਦਾ ਮੀਨਸ ਕਿ ਸਮਦਰ ਹਨ Rajasthan BSTC ਦੇ ਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਤੋਂ ਵਧੀਆ ਪੈਨਲ ਹੋਣਾ ਕੀ ਸੰਭਵ ਹੀ ਨਹੀਂ ਸੀ ਸਭ ਤੋਂ ਟਾਪ ਦੇ ਐਡਵੋਕੇਟ ਨੇ ਕਪਿਲ ਸਿਬਲ ਬਹੁਤ ਵੱਡੇ ਵੱਡੇ ਕੇਸ ਆਪਾਂ ਸੋਚ ਵੀ ਨਹੀਂ ਸਕਦੇ ਬਹੁਤ ਵੱਡੇ ਵੱਡੇ ਕੇਸ ਇਹਨਾਂ ਨੇ ਲੜੇ ਨੇ ਤੇ ਉਹਨਾਂ ਨੂੰ ਜਿੱਤੇ ਹੈ ਤੇ ਮਨਾਕਸ਼ੀ अरोड़ा ਆਪਣੇ ਆਪ ਵਿੱਚ ਇੱਕ ਵੱਡਾ ਨਾਮ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਮੌਕੇ ਤੇ ਚੋਕਾ ਮਾਰਿਆ ਹੈ Rajasthan ਦੀ BSTC ਜੂਨੀਅਰ ਨੇ ਬਿਲਕੁਲ ਸਭ ਤੋਂ ਵਧੀਆ ਪੈਨਲ ਹੈ ਇਸ ਤੋਂ ਵਧੀਆ ਪੈਨਲ ਮੇਰੇ ਹਿਸਾਬ ਨਾਲ ਨਹੀਂ ਹੋ ਸਕਦਾ ਸੀ ਤੇ ਕਿਰਪਾ ਕਰਕੇ ਇਸ ਨੂੰ ਤੁਸੀਂ ਸ਼ੇਅਰ ਕਰੋ ਤੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿੱਤ ਯਕੀਨੀ ਹੋ ਸਕਦੀ ਹੈ ਈਟੀਟੀ ਦੀ ਤੇ ਅਗਰ ਇਹਨਾਂ ਦੀ ਕੰਟੀਨਿਊਸਲੀ ਜੋ ਇਹਨਾਂ ਦੀ ਹੀアリング ਚੱਲਦੀ ਰਹਿੰਦੀ ਹੈ ਮੀਨਸ ਕਿ ਅੱਜ ਕੱਲ ਮੀਨਸ ਕਿ ਡਬਲ ਇਹ ਦੋ ਜਸਟਿਸ ਬਨੀਸ਼ ਸਾਰਨ ਤੇ ਜਸਟਿਸ ਅਨੁਰੁੱਧ ਬੋਸ ਦੀ ਜੋ ਬੈਂਚ ਹੈ ਇਸ ਤੇ ਕੰਟੀਨਿਊਸਲੀ ਹੀアリング ਚੱਲਦੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ 4 ਤੋਂ 5 ਦਿਨਾਂ ਵਿੱਚ ਵੀ ਇਹ ਨਤੀਜਾ ਆ ਸਕਦਾ ਹੈ ਜੇ ਕੰਟੀਨਿਊਸਲੀ ਨਾ ਚੱਲੀ ਤਾਂ ਥੋੜਾ ਟਾਈਮ ਲੱਗ ਸਕਦਾ ਬਟ ਜੋ ਪੈਨਲ ਦੇ ਗੱਲ ਕਰੀ ਆਪਾਂ ਪੈਨਲ ਬਹੁਤ ਹੀ ਟਾਪ ਦਾ ਪੈਨਲ ਹੈ ਆਪਾਂ ਕਹਿ ਸਕਦੇ ਆਂ ਕਿ ਜਿੱਤ ਹੁਣ ਯਕੀਨੀ ਹੈ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਅ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਆਉਣ ਵਾਲੀ ਨਿਊਜ਼ ਲਈ ਧੰਨਵਾਦ